ਵਾਰਡ ਨੰਬਰ 15 ਦੇ ਵਿੱਚ ਪੈਂਦੇ ਨਿਊ ਪੁਨੀਤ ਨਗਰ ਦੇ ਵਿੱਚ ਬਸਪਾ ਦੀ ਉਮੀਦਵਾਰ ਕਿਰਨ ਦੇਵੀ ਨੇ ਆਪਣੀ ਚੋਣ ਮੁਹਿੰਮ ਦੇ ਵਿੱਚ ਗਰਮੀ ਭਰਨ ਦੇ ਲਈ ਅੱਜ ਰੈਲੀ ਕੀਤੀ ਹੈ, ਜਿਸ ਦੇ ਵਿੱਚ ਜ਼ੋਨ ਕੋਆਰਡੀਨੇਟਰ ਰਾਮ ਸਿੰਘ ਗੋਗੀ ਅਤੇ ਜ਼ਿਲ੍ਹਾ ਪ੍ਰਧਾਨ ਜੀਤ ਰਾਮ ਬਸਰਾ ਨੇ ਸ਼ਿਰਕਤ ਕੀਤੀ ਹੈ। ਇਸ ਮੌਕੇ ਦੇ ਉੱਤੇ ਦੋਵਾਂ ਆਗੂਆਂ ਨੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਨੇ 1 ਸਾਲ ਦੇ ਸਮੇਂ ਦੇ ਵਿੱਚ ਆਪਣਾ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ, ਜਿਸ ਦੇ ਕਾਰਨ ਅਕਾਲੀ ਭਾਜਪਾ ਗੱਠਜੋੜ ਤੋਂ ਬਾਅਦ ਲੋਕ ਕਾਂਗਰਸ ਤੋਂ ਨਿਰਾਸ਼ ਨੇ। ਲੋਕਾਂ ਦਾ ਝੁਕਾਅ ਹੁਣ ਬਹੁਜਨ ਸਮਾਜ ਪਾਰਟੀ ਦੇ ਵੱਲ ਹੈ ਅਤੇ ਬਸਪਾ ਨੂੰ ਇੱਕ ਵੱਡੀ ਆਸ ਦੇ ਵਜੋਂ ਵੇਖਦੇ ਹੋਏ ਉਹ ਵਾਰਡ ਨੰਬਰ 15 ਸਮੇਤ ਸਾਰੇ ਖੜੇ ਉਮੀਦਵਾਰਾਂ ਨੂੰ ਚੰਗੀਆਂ ਵੋਟਾਂ ਪਾ ਕੇ ਜਿਤਾਉਣਗੇ। ਉਹਨਾਂ ਲੋਕਾਂ ਨੂੰ ਅਪੀਲ ਵੀ ਕੀਤੀ ਹੈ ਕਿ 24 ਫਰਵਰੀ ਨੂੰ ਹਾਥੀ ਵਾਲਾ ਬਟਨ ਦਬਾ ਕੇ ਕਿਰਨ ਦੇਵੀ ਨੂੰ ਜਿਤਾਓ। ਅੱਜ ਬਹੁਜਨ ਸਮਾਜ ਪਾਰਟੀ ਜੋ ਲੁਧਿਆਣੇ ਦੇ ਨਗਰ ਨਿਗਮ ਇਲੈਕਸ਼ਨ ਕਿਉਂਕਿ ਲੜਨ ਜਾ ਰਹੀ ਹੈ ਔਰ ਇਹਦੇ ਅੰਦਰ ਜਿੱਥੇ ਜਿੱਥੇ ਵੀ ਬਹੁਜਨ ਸਮਾਜ ਪਾਰਟੀ ਦੇ ਕੈਂਡੀਡੇਟ ਖੜ੍ਹੇ ਹਨ ਉਹ ਆਪਣੀ ਹਾਜ਼ਰੀ ਜੋ ਹੈ ਬਹੁਤ ਹੀ ਜ਼ਬਰਦਸਤ ਤਰੀਕੇ ਦੇ ਨਾਲ ਲਗਵਾ ਰਹੇ ਹਨ ਔਰ ਜਿਹੜੇ ਵਿਰੋਧੀ ਬਹੁਜਨ ਸਮਾਜ ਪਾਰਟੀ ਨੂੰ ਖਤਮ ਹੋਇਆ ਸਮਝਦੇ ਸਨ ਔਰ ਜਦੋਂ ਇਸ ਕਾਰਪੋਰੇਸ਼ਨ ਦੇ ਇਲੈਕਸ਼ਨ ਦਾ ਰਿਜ਼ਲਟ ਆਵੇਗਾ ਬੜੇ ਹੈਰਾਨੀਜਨਕ ਨਤੀਜੇ ਹੋਣਗੇ ਔਰ ਬਹੁਤ ਸਾਰੇ ਵਾਰਡਾਂ ਦੇ ਵਿੱਚ ਅਸੀਂ ਜਿੱਤ ਪ੍ਰਾਪਤ ਕਰਾਂਗੇ ਜਿਨ੍ਹਾਂ ਦੇ ਵਿੱਚੋਂ ਵਾਰਡ ਨੰਬਰ 15 ਅਸੀਂ ਬਹੁਤ ਵੱਡੀ ਲੀਡ ਦੇ ਨਾਲ ਜਿੱਤਾਂਗੇ ਔਰ ਬਹੁਜਨ ਸਮਾਜ ਪਾਰਟੀ ਦੁਆਰਾ ਪਹਿਲਾਂ ਦੀ ਤਰ੍ਹਾਂ ਲਹਿਰ ਜਿਹੜੀ ਖੜੀ ਹੋਈ ਹੈ ਕਾਰਪੋਰੇਸ਼ਨ ਦੇ ਇਲੈਕਸ਼ਨਾਂ ਦੇ ਵਿੱਚ ਔਰ ਜਿੰਨੇ ਵੀ ਜੁਝਾਰੂ ਸਾਥੀ ਕੰਮ ਕਰ ਰਹੇ ਹਨ ਉਹ ਬੜੀ ਹੀ ਮਿਹਨਤ ਔਰ ਲਗਨ ਦੇ ਨਾਲ ਲੱਗੇ ਹੋਏ ਹਨ ਔਰ ਆਉਣ ਵਾਲੇ ਜਿੰਨੇ ਵੀ ਸਾਲ ਹਨ ਜਿੰਨੇ ਵੀ ਇਲੈਕਸ਼ਨ ਹਨ ਉਹਨਾਂ ਦੇ ਵਿੱਚ ਇਹਦਾ ਖਾਸ ਤੌਰ 'ਤੇ ਇਹਨਾਂ ਕਾਰਪੋਰੇਸ਼ਨ ਦੇ ਇਲੈਕਸ਼ਨਾਂ ਦਾ ਪੂਰੇ ਪੰਜਾਬ ਦੇ ਵਿੱਚ ਵੀ ਅਸਰ ਪਵੇਗਾ ਔਰ ਪਾਰਲੀਮੈਂਟ ਦੇ ਇਲੈਕਸ਼ਨਾਂ ਵਿੱਚ ਵੀ ਇਹਦਾ ਅਸਰ ਦੇਖਣ ਨੂੰ ਮਿਲੇਗਾ। ਅੱਜ ਅਸੀਂ ਪੂਰੇ ਲੁਧਿਆਣਾ ਦੀ ਜਿੰਨੀ ਵੀ ਟੀਮ ਸਾਡੀ ਬਹੁਜਨ ਸਮਾਜ ਪਾਰਟੀ ਦੇ ਮਾਧਿਅਮ ਤੋਂ ਕੰਮ ਕਰਦੀ ਹੋਈ ਟੀਮ ਜਿਹੜੀ ਵੱਖ ਵੱਖ ਵਾਰਡਾਂ ਦੇ ਵਿੱਚ ਇਲੈਕਸ਼ਨ ਕੈਂਡੀਡੇਟਾਂ ਨੂੰ ਲੜਾ ਰਹੀ ਹੈ ਬੜੀ ਹੀ ਤਨਦੇਹੀ ਦੇ ਨਾਲ ਕੰਮ ਹੋ ਰਿਹਾ ਹੈ ਔਰ ਬਹੁਜਨ ਸਮਾਜ ਪਾਰਟੀ ਦੀ ਮੂਵਮੈਂਟ ਨੂੰ ਬੜੀ ਤੇਜ਼ੀ ਦੇ ਨਾਲ ਅੱਗੇ ਵਧਾ ਰਹੇ ਹਾਂ ਔਰ ਬਹੁਤ ਸਾਰੇ ਵਾਰਡਾਂ ਦੇ ਅੰਦਰ ਜਿਹੜਾ ਅਸੀਂ ਜਿੱਤ ਪ੍ਰਾਪਤ ਕਰਾਂਗੇ 15 ਨੰਬਰ ਵਾਰਡ 17 ਨੰਬਰ ਵਾਰਡ 22 ਨੰਬਰ ਵਾਰਡ 23 ਨੰਬਰ ਵਾਰਡ ਜਿੱਥੇ ਅਸੀਂ ਬਹੁਤ ਵੱਡੀ ਲੀਡ ਦੇ ਨਾਲ ਜਿੱਤਾਂਗੇ ਔਰ ਸਵੇਰੇ 6 ਨੰਬਰ ਵਾਰਡ ਦੇ ਵਿੱਚ ਵੀ ਜਿਹੜਾ ਬਹੁਤ ਵੱਡਾ ਕਾਫਲਾ ਜਿਹੜਾ ਨੌਜਵਾਨ ਵੀਰਾਂ ਦਾ ਬਜ਼ੁਰਗਾਂ ਦਾ ਜਿਹੜਾ ਨਿਕਲ ਕੇ ਗਲੀਆਂ ਦੇ ਵਿੱਚ ਗਿਆ ਹੈ ਉੱਥੋਂ ਪਤਾ ਲੱਗਦਾ ਹੈ ਕਿ ਇਸ ਕਾਰਪੋਰੇਸ਼ਨ ਦੇ ਇਲੈਕਸ਼ਨਾਂ ਦੇ ਲਈ ਬਹੁਜਨ ਸਮਾਜ ਦੇ ਜਿੰਨੇ ਵੀ ਸਮੁੱਚੇ ਵੀਰ ਜੁਝਾਰੂ ਸਾਥੀ ਹਨ ਉਹਨਾਂ ਦੇ ਵਿੱਚ ਭਾਰੀ ਉਤਸ਼ਾਹ ਔਰ ਲੋਕਾਂ ਦੇ ਵਿੱਚ ਵੀ ਜਿਹੜੀ ਬਦਲਾਅ ਦੀ ਜਿਹੜੀ ਨਜ਼ਰ ਆ ਰਹੀ ਹੈ ਕਿ ਲੋਕ ਵੀ ਬਦਲਾਅ ਚਾਹੁੰਦੇ ਹਨ ਕਿਉਂਕਿ ਜਿਹੜੀਆਂ ਰਵਾਇਤੀ ਪਾਰਟੀਆਂ ਹਨ ਅਕਾਲੀ ਦਲ ਹੋਵੇ ਬੀਜੇਪੀ ਹੋਵੇ ਜਾਂ ਕਾਂਗਰਸ ਹੋਵੇ ਉਹਨਾਂ ਨੇ ਹਮੇਸ਼ਾ ਵਾਅਦੇ ਲਾਰਿਆਂ ਤੋਂ ਇਲਾਵਾ ਹੋਰ ਕੁਛ ਨਹੀਂ ਦਿੱਤਾ ਔਰ ਨਜ਼ਰ ਘੁੰਮ ਕੇ ਕਾਰਪੋਰੇਸ਼ਨ ਦੇ ਅੰਦਰ ਘੁੰਮ ਕੇ ਪਤਾ ਲੱਗਦਾ ਹੈ ਕਿ ਜਿਹੜਾ 30-30 ਸਾਲ 35-35 ਸਾਲ ਜਿਨ੍ਹਾਂ ਨੇ ਕਾਰਪੋਰੇਸ਼ਨ ਦੇ ਉੱਤੇ ਰਾਜ ਕੀਤਾ ਉਹਨਾਂ ਨੇ ਲੋਕਾਂ ਦੇ ਵਿਕਾਸ ਦੇ ਨਾਂ ਦੇ ਉੱਤੇ ਲੋਕਾਂ ਨੂੰ ਸਿਰ ਭਰਮਾਇਆ ਹੈ ਔਰ ਲੋਕਾਂ ਨੂੰ ਲੁੱਟਿਆ ਹੈ ਤੇ ਲੋਕ ਵੀ ਹੁਣ ਇਹਨਾਂ ਤੋਂ ਅੱਕ ਚੁੱਕੇ ਹਨ ਔਰ ਲੋਕ ਬਦਲਾਅ ਚਾਹੁੰਦੇ ਹਨ ਔਰ ਇਸੇ ਬਦਲਾਅ ਦੇ ਤਹਿਤ ਬਹੁਜਨ ਸਮਾਜ ਪਾਰਟੀ ਨੂੰ ਸਮਰਥਨ ਦੇਣ ਲਈ ਅੱਜ ਘਰ 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 ਚੱਲੀ ਹੈ। ਮੈਂ ਵਾਰਡ ਨੰਬਰ 15 ਸੇ ਮਾਨ ਸਿੰਘ, ਮੇਰੀ ਪਤਨੀ ਕਿਰਨ ਦੇਵੀ ਇਲੈਕਸ਼ਨ ਲੜ ਰਹੇ ਹੈ। ਯਹਾਂ ਕਾ ਮਾਹੌਲ ਬਹੁਤ ਬੜੀਆ ਚੱਲ ਰਹਾ ਹੈ, ਮਾਹੌਲ ਜਬ ਸੇ ਯਹਾਂ ਮਾਹੌਲ ਮੇ ਸਾਥੀ ਆਈ ਹੈ ਅਬ ਕੀ ਵਾਰ ਤਹਿਲਕਾ ਮਚ ਗਿਆ ਹੈ 15 ਨੰਬਰ ਵਾਰਡ ਮੇ ਕਿ ਜੋ ਕਾਮ ਨਹੀਂ ਹੋ ਰਹੇ ਹੋਤੇ ਥੇ ਜੋ ਸੋਏ ਪੜੇ ਥੇ ਉਹ ਜਗ ਗਏ ਕਿਉਂਕਿ ਦੇਖ ਲੀਏ ਹਾਥੀ ਆਏਗੀ ਅਬ ਕੀ ਬਾਰ ਤੋ ਹਾਥੀ ਕੋ ਹਾਥੀ ਐਸੀ ਚੀਜ਼ ਹੈ ਕਿ ਉਹ ਰੰਗ ਦਿਖਾ ਰਹੀ ਹੈ ਲੋਕ ਅਬ ਜਾ ਕੇ ਇਲੈਕਸ਼ਨ ਕੇ ਪੀਰੀਅਡ ਮੇ ਕਾਮ ਕੋ ਚਲਾ ਰਹੇ ਹੈ ਇਸ ਸੇ ਪਹਿਲੇ ਕਿਉਂ ਨਹੀਂ ਕਾਮ ਚਲਾਏ
क्यों हाथी आई है, तभी उनको फर्क पड़ा कि हाथी है ये रंग लाएगी, इसलिए हमें कुछ ना कुछ दिखावा करना पड़ेगा। ये दिखावा कर रहे हैं, होगा कुछ नहीं। आप ये 24 तारीख के बाद ये रिजल्ट देख के लेना, ये जब तक इलेक्शन है तभी ये काम हो रहे हैं, ये मेरा वादा है। इसके बाद कोई ये शकल दिखाने नहीं आएगा, इनका यही काम है। जब इलेक्शन की टाइम आती है तो आपके दरवाजे आते हैं, आपके हाथ पांव जोड़ते हैं, कहते हैं कि ये कर देंगे आपके लिए, वो कर देंगे, आपकी गली के नक्शे बनाकर भेज दिए, हमारे टेबलों पे रखे हुए हैं। अगर बताइए जब पहले नहीं हुआ था, क्या आज इलेक्शन में क्या नक्शे बन के तैयार हो जाएंगे? क्या इलेक्शन का पीरियड चल रहा है, कोई काम ऐसा हो सकता है? लुधियाना तो गुरप्रीत सिंह महदूदा की रिपोर्ट।